ਕਾਂਗਰਸ ਦੇ ਵਿੱਚ ਲਗਾਤਾਰ ਸਿਆਸੀ ਘਮਾਸਾਨ ਜਾਰੀ ਹੈ ਨਵਜੋਤ ਸਿੰਘ ਸਿੱਧੂ ਵਰਸਸ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਚੱਲ ਰਹੀ ਨਹੀਂ ਲੇਕਿਨ ਸਿਆਸਤ ਦੇ ਵਿੱਚ ਇੱਕ ਕਹਾਵਤ ਬੜੀ ਫਿੱਟ ਬੈਠਦੀ ਹੈ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਯਾਨੀ ਕਿ ਸਿਆਸਤ ਦੇ ਵਿੱਚ ਨਾ ਤਾਂ ਕੋਈ ਦੁਸ਼ਮਣ ਹੁੰਦਾ ਤੇ ਨਾ ਹੀ ਕਿਸੇ ਨਾਲ ਦੋਸਤੀ ਹੁੰਦੀ ਹੈ ਵਕਤ ਤੇ ਹਾਲਾਤਾਂ ਤੇ ਸਭ ਕੁਝ ਨਿਰਪਰ ਕਰਦਾ ਤੇ ਇਸੇ ਨੂੰ ਲੈ ਕੇ ਲਗਾਤਾਰ ਸਿਆਸੀ ਚਰਚਾਵਾਂ ਵੀ ਲਗਾਤਾਰ ਚੱਲਦੀਆਂ ਹਨ ਪ੍ਰਤਾਪ ਸਿੰਘ ਬਾਜਵਾ ਜੋ ਕਿ ਘੋਰ ਵਿਰੋਧੀ ਮੰਨੇ ਜਾਂਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਉਹ ਸੇਮ ਰੰਗ ਦੀਆਂ ਪੱਗਾਂ ਬੰਨ੍ਹ ਕੇ ਇਕੱਲ ਇਕੱਠੇ ਬੈਠੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਚਰਚਾ ਇਹ ਵੀ ਚੱਲਦੀ ਹੈ ਕਿ ਪ੍ਰਧਾਨ ਅ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਜਾਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਤਾਂ ਕੱਲ ਆਏ ਨਹੀਂ ਇਸ ਤਰੀਕੇ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਾਡੇ ਨਾਲ ਇੱਥੇ ਕੁਲਦੀਪ ਵੈਦ ਜੀ ਨੇ ਪੂਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਵੈਦ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਵੀ ਦੇਖਦੇ ਰਹਿੰਦੇ ਹੋ ਸਿਆਸੀ ਚਰਚਾਵਾਂ ਤੁਹਾਨੂੰ ਸਮਝ ਵੀ ਹੈਗੀ ਆ ਕਿ ਇਸ ਤਰੀਕੇ ਨਾਲ ਚੱਲ ਰਹੀ ਹੈ ਅੰਦਰੂਨੀ ਜਾਣਕਾਰੀ ਵੀ ਹੈ ਤੁਹਾਨੂੰ ਦੇਖਦੇ ਕਿਵੇਂ ਹੋ ਪੂਰੇ ਸੈਨੈਰੀਓ ਦੇਖੋ ਸਾਹਤ ਇਹ ਨੀਂ ਮਹੀਨੇ ਤੋਂ ਇਹ ਜਿਹੜੀ ਕਸ਼ਮਕਸ਼ ਹੈ ਇਹ ਚੱਲ ਚੱਲ ਰਹੀ ਹੈ ਚੱਲ ਹੀ ਰਹੀ ਹੈ ਹਲੇ ਮੁੱਕੀ ਨਹੀਂ ਹੈ ਮੇਰੇ ਮੁਤਾਬਕ ਮੇਰੇ ਜਿਹੜੇ ਥੀ ਵਿਊਜ਼ ਹੈ ਉਹ ਇਹ ਹੈ ਕਿ ਚਾਹੀਦਾ ਸੀ ਹਾਈ ਕਮਾਂਡ ਨੂੰ ਕਿ ਇਹ ਜਿਹੜਾ ਮੈਟਰ ਸੀਗਾ ਇਹ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਮੁੱਦੇ ਉਠਾਏ ਸੀ ਇਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਇਹਨਾਂ ਦਾ ਬਿਠਾ ਕੇ ਫੈਸਲਾ ਕਰਵਾਇਆ ਜਾਂਦਾ ਅਸੀਂ ਕਿਸੇ ਵੀ ਸਾਡੇ ਹਾਈ ਕਮਾਂਡ ਦੇ ਡਿਸੀਜਨ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ ਲੇਕਿਨ ਇਹ ਚੀਜ਼ ਹੋ ਹੀ ਨਹੀਂ ਹੂੰ ਜਿਹੜਾ ਉਹ ਤਾਂ ਕਿਤੇ ਹਾਈ ਕਮਾਂਡ ਤੋਂ ਕਮੀ ਰਹਿ ਗਈ ਅਗਰ ਇਹ ਪੂਰਾ ਮੈਂ ਮੈਂ ਸਮਝਦਾ ਕਿ ਚਾਹੀਦਾ ਤਾਂ ਸੀ ਕਿ ਇਹਨਾਂ ਦੋਨਾਂ ਸਾਡੇ ਲੀਡਰ ਸਹਿਬਾਨਾਂ ਨੂੰ ਪਹਿਲਾਂ ਬਿਠਾ ਕੇ ਇਹਨਾਂ ਦੀ ਸੁਲਾ ਕਰਾਉਂਦੇ ਸੁਲਾ ਕਰਾ ਕੇ ਹੀ ਜਿਹੜਾ ਸੀ ਸਾਰਾ ਕੁਛ ਇੱਕ ਕਾਮਨ ਏਜੰਡਾ ਲੈ ਕੇ ਆਉਂਦੇ ਉਹ ਜ਼ਿਆਦਾ ਬੈਟਰ ਹੁੰਦਾ ਹੁਣ ਤੁਸੀਂ ਕੱਲ ਵੇਖੋ ਕੱਲ ਦਾ ਜੋ ਘਟਨਾਕਰਮ ਵਾਕਿਆ ਸਰਦਾਰ ਨਵਜੋਤ ਸਿੰਘ ਸਿੱਧੂ ਇੱਥੇ ਆਏ ਸਾਰੇ ਉਹਨਾਂ ਨੂੰ ਮੁਬਾਰਕਾਂ ਦੇ ਰਹੇ ਸੀ ਉੱਥੇ ਸੈਕਟਰ 39 ਵੀ ਗਏ ਸੁਨੀਲ ਜਾਖੜ ਜੀ ਨੂੰ ਵੀ ਮਿਲੇ ਜਿਹੜੇ ਸਾਡੇ ਪੁਰਾਣੇ ਪ੍ਰਧਾਨ ਸੀ ਅਜ ਮਹਾਂਸਪਾਲ ਜੀ ਦਾ ਵੀ ਦੇਖ ਰਿਆ ਸੀ ਉਹਨਾਂ ਨੇ ਵੀ ਅਸ਼ੀਰਵਾਦ ਦਿੱਤਾ ਆ ਇਸੇ ਤਰ੍ਹਾਂ ਹੀ ਦੂਲੋ ਸਾਹਿਬ ਇਸੇ ਤਰ੍ਹਾਂ ਹੀ ਹੋਰ ਸਾਡੇ ਲੀਡਰ ਸਹਿਬਾਨਾਂ ਨੂੰ ਮਿਲੇ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਹੁੰਦਾ ਕਿ ਕਿਉਂਕਿ ਆਨਰੇਬਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸ਼ਾਮ ਨੂੰ ਇੱਕ ਬਿਆਨ ਦਿੱਤਾ ਕਿ ਜੀ ਪਹਿਲਾਂ ਉਹ ਪਬਲਿਕਲੀ ਆ ਕੇ ਮਾਫੀ ਮੰਗੇ ਹੁਣ ਸਾਨੂੰ ਇਹ ਲੱਗਦਾ ਸਾਰਿਆਂ ਨੂੰ ਐਡਾ ਕਿਹੇ ਕਿਆਸ ਸਾਨੂੰ ਲੱਗਦਾ ਹੈ ਕਿ ਹਾਈ ਕਮਾਂਡ ਸਭ ਤੋਂ ਪਹਿਲਾਂ ਇਹਨਾਂ ਨੂੰ ਬਿਠਾ ਕੇ ਇਹਨਾਂ ਦੀ ਸੁਲ੍ਹਾ ਕਰਾ ਕੇ ਤੁਰੇ ਨਵਜੋਤ ਸਿੰਘ ਸਿੱਧੂ ਵੀ ਸਾਡੇ ਲੀਡਰ ਨੇ ਵੱਡਾ ਚਿਹਰਾ ਨੇ ਉਹ ਵੀ ਲੇਕਿਨ ਇਹ ਚੀਜ਼ ਹੋਈ ਨਹੀਂ ਹੁਣ ਇਹਦੇ ਵਾਸਤੇ ਜਿੰਨੇ ਵੀ ਸਾਡੇ ਕਾਂਗਰਸ ਵਾਲੇ ਜਿਨ੍ਹਾਂ ਨਾਲ ਵੀ ਕੱਲ ਗੱਲਬਾਤ ਹੋਈ ਹੈ ਅੱਜ ਵੀ ਗੱਲਬਾਤ ਹੈ ਸਾਰੇ ਜਣੇ ਨਮੋਸ਼ੀ ਜੀ ਨੇ ਦੇਖੋ ਫੈਸਲਾ ਹਾਈ ਕਮਾਂਡ ਜਿਹੜਾ ਮਰਜ਼ੀ ਕਰੇ ਇਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੈ ਏ ਬੀ ਸੀ ਡੀ ਕੋਈ ਵੀ ਹੋਵੇ ਮਨਜ਼ੂਰ ਕਰਨਾ ਵੀ ਪੈਣਾ ਨਹੀਂ ਨਹੀਂ ਮਨਜ਼ੂਰ ਹੈ ਇਹ ਕੰਡੀਸ਼ਨ ਨਹੀਂ ਕਰਨਾ ਪੈਣਾ ਮਨਜ਼ੂਰ ਆ ਸਾਨੂੰ ਕੋਈ ਦਿੱਕਤ ਨਹੀਂ ਆਮ ਨਾਟ ਕੈਂਡੀਡੇਟ ਲੇਕਿਨ ਕਾਂਗਰਸ ਦੀ ਬਿਹਤਰੀ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਬਹੁਤ ਵਧੀਆ ਹੋਵੇ ਜੇ ਸਾਰਿਆਂ ਨੂੰ ਬਿਠਾ ਕੇ ਸਾਡੀ ਹਾਈ ਕਮਾਂਡ ਇਹਨਾਂ ਦੀ ਸੁਲ੍ਹਾ ਕਰਾ ਕੇ ਫੇਰ ਇਹਨਾਂ ਨੂੰ ਪੰਜਾਬ ਚ ਭੇਜੇ ਇਹ ਚੀਜ਼ ਜਿਹੜੀ ਹੈ ਬਹੁਤ ਇੰਪੋਰਟੈਂਟ ਆ ਅੱਜ ਦਾ ਜੋ ਸੁਨੇਹਾਰ ਹੈ ਉਹ ਪੰਜਾਬ ਦਾ ਜਿਸ ਤਰੀਕੇ ਨਾਲ ਪੂਰੇ ਹਾਲਾਤ ਨੇ ਇਹਦੇ ਤੋਂ ਮੈਂ ਸਟਾਰਟਿੰਗ 'ਚ ਹੀ ਕਹਤਾ ਸੀ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਪੰਜਾਬ ਦੇ ਵਿੱਚ ਫਾਈਟ ਹਮੇਸ਼ਾ ਦੋ ਚਿਹਰਿਆਂ 'ਚ ਹੀ ਰਹੀ ਆ ਤੁਸੀਂ ਸ਼ੁਰੂ ਤੋਂ ਦੇਖੋਗੇ ਪੱਠਲ ਤੇ ਵਰਸਸ ਸੀਐਮ ਰਹੇ ਪੱਠਲ ਵਰਸਸ ਦੁੱਲੋ ਰਹੇ ਪੱਠਲ ਵਰਸਸ ਸੀਐਮ ਵਰਸਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਸਸ ਦੁੱਲੋ ਰਹੇ ਕੈਪਟਨ ਅਮਰਿੰਦਰ ਸਿੰਘ ਵਰਸਸ ਪ੍ਰਤਾਪ ਬਾਜਵਾ ਰਹੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਰਸਸ ਨਵਜੋਤ ਸਿੰਘ ਸਿੱਧੂ ਰਹੇ ਬਾਕੀ ਸਾਰੇ ਧੜੇ ਦੇ ਵਿੱਚ ਆ ਜਾਂਦੇ ਆ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਹੋਏ ਸਾਰੇ ਤਮਾਮ ਜਿਹੜੇ ਜ਼ਿਆਦਾਤਰ ਮંત્રી ਦਿਖ ਰਹੇ ਨੇ ਅਸੁਖ ਜਿੰਦਰ ਸਿੰਘ ਨੇ ਦਾਅਵਾ ਜੋ ਕਿ ਪਹਿਲਾਂ ਬੜਾ ਖਲਾਫ ਬੋਲੇ ਨੇ ਤਾਂ ਦੇਖਦੇ ਕਿਵੇਂ ਇਸ ਲੜਾਈ ਦਾ ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਕਿ ਦੇਖੋ ਜੀ ਕਿਸੇ ਵੀ ਘਰ ਦੇ ਵਿੱਚ ਲੜਾਈ ਹੁੰਦੀ ਹੈ ਪੋਲੀਟੀਕਲ ਪਾਰਟੀ ਚ ਹੁੰਦੀ ਹੈ ਉਹਦਾ ਨੁਕਸਾਨ ਤਾਂ ਹੁੰਦਾ ਹੀ ਹੈ ਤੁਸੀਂ ਦੇਖੋ ਆਮ ਆਦਮੀ ਪਾਰਟੀ ਚ ਕਿੱਡੀ ਵੱਡੀ ਲੜਾਈ ਹੋਈ ਤਿੰਨ ਉਹਨਾਂ ਦੇ ਐਮ ਐਲ ਏ ਆ ਗਏ ਇਸੇ ਤਰ੍ਹਾਂ ਹੀ 18 ਵੱਡੇ ਲੀਡਰ ਸ਼੍ਰੋਮਣੀ ਕਾਲੀ ਦਲ ਦੇ ਛੱਡ ਕੇ ਚਲੇ ਗਏ ਹਰ ਪੋਲੀਟੀਕਲ ਪਾਰਟੀ ਨੂੰ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੂੰ ਵੀ ਨੁਕਸਾਨ ਹੋਇਆ ਸ਼੍ਰੋਮਣੀ ਕਾਲੀਦਾਵ ਨੂੰ ਵੀ ਨੁਕਸਾਨ ਹੋਇਆ ਕਾਂਗਰਸ ਬਿਲਕੁਲ ਯੂनाइटेड ਚੱਲ ਰਹੀ ਸੀ ਕੋਈ ਦਿੱਕਤ ਨਹੀਂ ਸੀ ਆ ਜਿਹੜਾ ਹੁਣ ਸਾਰਾ ਸਿਸਟਮ ਚੱਲ ਰਿਹਾ ਤੇ ਨਾਲ ਨੁਕਸਾਨ ਤੋਂ ਆਏ ਲੋਕ ਤਾਂ ਸੋਚਦੇ ਲੋਕ ਸਵਾਲ ਖੜੇ ਕਰਦੇ ਨੇ ਲੇਕਿਨ ਮੈਨੂੰ ਆਸ ਬੜੀ ਹੈ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਚਾਹੀਦਾ ਤੇ ਸੀਗਾ ਜਿਹੜਾ ਵੀ ਕੋਈ ਫੈਸਲਾ ਕਰਾਉਂਦਾ ਪਹਿਲਾਂ ਇਹਨਾਂ ਦੇ ਜਿਹੜੇ ਕੋਈ ਮਨਮੁਟਾਵ ਨੇ ਉਹ ਦੂਰ ਕੀਤੇ ਜਾਂਦੇ ਉਸ ਤੋਂ ਬਾਅਦ ਜੋ ਡਿਸੀਜਨ ਲੈਣ ਉਹ ਤਾਂ ਸਮੁੱਚੀ ਕਾਂਗਰਸ ਨੂੰ ਮਨਜ਼ੂਰ ਹੈ ਸਭ ਲੋਕ ਬੜੀ ਚਰਚਾ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਪਹਿਲਾਂ ਤਾਂ ਲੜਾਈ ਮੁੱਦਿਆਂ ਦੀ ਸੀਗੀ ਰੇਤ ਮਾਫੀਆ ਦੀ ਲੜਾਈ ਸੀਗੀ ਬਹੁਤ ਸਾਰੇ ਹੋਰ ਮਾਫੀਆ ਚੱਲੀ ਜਾਂਦੇ ਆ ਬੇਅਦਬੀਆਂ ਦੇ ਇਸ਼ੂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ ਇਹਦਾ ਪੂਰਾ ਇਨਸਾਫ ਹੋਣਾ ਚਾਹੀਦਾ ਦੋਸ਼ੀਆਂ ਨੂੰ ਅੰਦਰ ਦਿੱਤਾ ਜਾਣਾ ਚਾਹੀਦਾ ਲੇਕਿਨ ਇਹ ਲੜਾਈ ਮੁਖ ਦੀ ਮੁਖ ਦੀ ਮੁਖ ਦੀ ਆ ਕੇ ਕੁਰਸੀ ਤੇ ਮੁੱਕ ਗਈ ਲੋਕ ਤਾਂ ਕੁਐਸਚਨ ਉਠਾ ਰਹੇ ਨੇ ਕਿ ਲੜਾਈ ਮੁੱਦਿਆਂ ਦੀ ਸੀ ਬੇਅਦਬੀ ਦੀ ਸੀ ਮਾਫੀਆ ਦੀ ਸੀ ਜਾਂ ਫਿਰ ਕੁਰਸੀ ਦੀ ਸੀ ਦੇਖੋ ਲੜਾਈ ਮੁੱਦਿਆਂ ਦੀ ਹੁਣ ਵੀ ਹੈ ਮੁੱਦਿਆਂ ਦੀ ਲੜਾਈ ਹੁਣ ਵੀ ਹੈ ਲੋਕ ਹਮੇਸ਼ਾ ਇਹ ਸਵਾਲ ਕਰਦੇ ਨੇ ਲੇਕਿਨ ਇੱਥੇ ਮੈਂ ਤੁਹਾਨੂੰ ਇੱਕ ਜਿਹੜੀ ਤੁਸੀਂ ਮਾਫੀਆ ਦੀ ਗੱਲ ਕਰਦੇ ਹੋ ਨਾ ਇਹ ਆਮ ਆਦਮੀ ਪਾਰਟੀ ਇੱਕ ਟਰਮ ਯੂਜ਼ ਕਰਦੀ ਹੈ ਇਹ ਟਰਮ ਤੁਸੀਂ ਵੀ ਯੂਜ਼ ਕੀਤੀ ਸੀ ਕੱਲ ਨੂੰ ਨਹੀਂ ਨਹੀਂ ਮੈਂ ਮੈਂ ਦੱਸ ਦਿੰਦਾ ਜੋ ਰੇਤਾ ਉਦੋਂ ਵਿਕਿਆ ਜੋ ਅੱਜ ਵਿਕਿਆ ਅੱਜ ਲੀਗਲਾਈਜ਼ ਅਸੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਲੀਗਲਾਈਜ਼ ਨਹੀਂ ਸੀ ਕੀਤਾ ਇਹ ਫਰਕ ਹੈ ਵੇਰ ਇਜ਼ ਦਾ ਮਾਫੀਆ ਤੁਸੀਂ ਸਾਰੇ ਹਲਕਿਆਂ ਚ ਚੈਕਿੰਗ ਕਰ ਲਓ ਆ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਤਾਂ ਇਹ ਸਮਝਦਾ ਮੇਰੀ ਸੋਚ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਚਾਹੇ ਉਹਨਾਂ ਦੇ ਆਪਣੇ ਜਿਹੜੇ ਵੀ ਕੋਈ ਸਲਾਹਕਾਰ ਸੀ ਉਹਨਾਂ ਨੂੰ ਉੱਥੇ ਲੀਗਲ ਖੱਡਾਂ ਤੇ ਲੈ ਗਏ ਨਹੀਂ ਸੀ ਜਾਣਾ ਚਾਹੀਦਾ ਲੋਕਾਂ ਨੇ ਮਜ਼ਾਕ ਉਡਾਇਆ ਇਸ ਗੱਲ ਦਾ ਇੱਕ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਜਦੋਂ ਮੈਂ ਟੈਲੀਵਿਜ਼ਨ ਤੇ ਸੀ ਕਹਿੰਦਾ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਖੱਡਾਂ ਚ ਵੇਖਣ ਗਏ ਸੀ ਵੀ ਕਿੰਨਾ ਕਰੀਤਾ ਬਚਿਆ ਇਹ ਜਿਹੇ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਭਗਵੰਤ ਮਾਨ ਤਾਂ ਇਹ ਵੀ ਗੱਲ ਕਹਿੰਦੇ ਨੇ ਕਿ ਵੇਖਣ ਗਏ ਸੀ ਕਦੇ ਇੱਥੇ ਅਸੀਂ ਕ੍ਰੈਸ਼ਰ ਚਲਾਉਂਦੇ ਹੁੰਦੇ ਸੀ ਅੱਜ ਹੋਰ ਚਲਾਏ ਜਾਂਦੇ ਸੀ ਚਲੋ ਭਗਵੰਤ ਮਾਨ ਜੀ ਦਾ ਇੱਕ ਆਪਣਾ ਰੋਲ ਹੈ ਪਰ ਇੱਕ ਮੈਂ ਹੁਣ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਐ ਮੈਂ ਉਹਨਾਂ ਦੀਆਂ ਇੱਕ ਦੋ ਇੰਟਰਵਿਊ ਸੁਣੀਆਂ ਨੇ ਬਾਕੀ ਕੁਛ ਆਮ ਆਦਮੀ ਪਾਰਟੀ ਦੇ ਲੀਡਰ ਦੀਆਂ ਵੀ ਗੱਲਾਂ ਸੁਣੀਆਂ ਨੇ ਉਹ ਜੀ ਇਸ ਤਰ੍ਹਾਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਸੁਜੈਸ਼ਨ ਤਾਂ ਸਾਰੀਆਂ ਦੇ ਦਿੰਦੇ ਨੇ ਪਰ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨੂੰ ਪੁੱਛਦਾ ਇਨਕਲੂਡਿੰਗ ਭਗਵੰਤ ਮਾਨ ਕਿ ਯਾਰ ਪੰਜਾਬ ਵਾਸਤੇ ਏਜੰਡਾ ਤਾਂ ਦਿਓ ਨਾ ਕੀ ਕਰੋਗੇ ਇਹ ਡੈਮੋਕਰੈਟਿਕ ਮੁਲਕ ਹੈ ਇੱਥੇ ਪੰਚਾਇਤ ਚੋਣਾਂ ਵੀ ਹੋਣੀਆਂ ਨੇ ਇਥੇ ਜ਼ਿਲ੍ਹਾ ਪ੍ਰੇਸ਼ਾਨ ਦੀਆਂ ਚੋਣਾਂ ਵੀ ਹੋਣੀਆਂ ਐ ਐਮਐਲਏ ਦੀਆਂ ਮੈਂਬਰ ਪਾਰਲੀਮੈਂਟ ਦੀਆਂ ਹੋਣੀਆਂ ਤੁਹਾਡਾ ਏਜੰਡਾ ਕੀ ਆ ਪੰਜਾਬ ਲਈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਮਜ਼ਾਕ ਕਰਨੇ ਬੜੇ ਸੌਖੇ ਹੁੰਦੇ ਏਜੰਡਾ ਤਾਂ ਦੇਣ ਅਸੀਂ ਇਹ ਕਰਾਂਗੇ ਸਾਡੇ ਕੋਲ ਏਜੰਡਾ ਹੈਗਾ ਉਹਦੇ ਕਹਿੰਦੇ ਅਸੀਂ ਪੂਰਾ ਖਾਕਾ ਤਿਆਰ ਕਰ ਲਿਆ ਵੀ ਅਸੀਂ ਬਿਜਲੀ ਸਮਝੌਤੇ ਰੱਦ ਕਿਵੇਂ ਕਰਨੇ ਆ ਅਸੀਂ ਬੇਅਦਵੀਆਂ ਦੇ ਮਸਲੇ ਤੇ ਇਨਸਾਫ ਕਿਵੇਂ ਦੇਣਾ ਅਸੀਂ ਮਾਫੀਆ ਖਤਮ ਕਿਵੇਂ ਕਰਨਾ ਰੇਤ ਮਾਫੀਆ ਕਿਵੇਂ ਖਤਮ ਕਰਨਾ ਮੈਂ ਸਵਾਲ ਕਰ ਦੇ ਇਹਨਾਂ ਨੂੰ ਬਿਜਲੀ ਸਮਝੌਤੇ ਕਿਦਾਂ ਰੱਦ ਕਰਨੇ ਆ ਲਿਗਲ ਟੀਮ ਕਹਿੰਦੇ ਸਾਡੇ ਹੋਗੀ ਡਿਸਕਸ ਆਹ ਕੰਟਰੈਕਟ ਐਕਟ ਐ ਮੈਂ ਵਕੀਲ ਵੀ ਆ ਤੁਸੀਂ ਤਾਂ ਜਿਆਦਾ ਜਾਣਕਾਰੀ ਰੱਖਦੇ ਹੋ ਮੈਂ 30 ਸਾਲ ਨੌਕਰੀ ਚ ਵੀ ਰਿਆ ਦੇਖੋ ਕੋਈ ਨਾ ਕੋਈ ਤੁਸੀਂ ਜਿਹੜੇ ਦਾਅਦ ਕਰਨੇ ਆ ਕੋਈ ਨਾ ਕੋਈ ਤੁਹਾਨੂੰ ਲੀਗਲ ਇਸ਼ੂਜ਼ ਲੈਣੇ ਪੈਣਗੇ ਠੀਕ ਹੈ ਨਾ ਫਿਰ ਕੀ ਭਗਵੰਤ ਮਾਨ ਜੀ ਏਜੰਡਾ ਕਹਿੰਦੇ ਕੀ ਇਹ ਬਿਜਲੀ ਸਸਤੀ ਦੇਣ ਲਈ ਜਿਹੜਾ 10668 ਕਰੋੜ ਰੁਪਏ ਦਾ ਅਸੀਂ ਆਪਣੇ ਕਿਸਾਨ ਪਰਿਵਾਰਾਂ ਨੂੰ ਬਿਜਲੀ ਮੁਫਤ ਦੇਣੇ ਆ ਕੀ ਇਹ ਉਹ ਉਹ ਛੱਡ ਦੇਣਗੇ ਕੀ ਅੜਾ ਦੇਣਗੇ ਕੀ ਇਹ ਸਾਰਿਆਂ ਨੂੰ ਬਿੱਲ ਲਾ ਦੇਣਗੇ ਆਫਟਰ ਆਲ ਕੋਈ ਚੀਜ਼ ਪ੍ਰੋਫਿਟੇਬਿਲਟੀ ਚਾਹੁੰਦੀ ਆ ਤਾਂ ਸਾਨੂੰ ਇਹਦੀਆਂ ਛੱਡਣੀਆਂ ਪੈਣਗੀਆਂ ਨਾ ਜੋ ਅਸੀਂ ਸਬਸਿਡੀਆਂ ਦਿੰਨੇ ਆ ਕੀ ਆਮ ਆਦਮੀ ਪਾਰਟੀ ਜਿਹੜੀ ਬਿਜਲੀ ਫ੍ਰੀ ਅਸੀਂ ਹੁਣ ਦੇ ਰਿਆ 10668 ਕਰੋੜ ਰੁਪਏ ਦੀ ਇਹ ਖਤਮ ਕਰ ਦੇਣਗੇ ਦਿੱਲੀ ਤਾਂ ਸਾਰੀ 1400 ਕਰੋੜ ਰੁਪਏ ਦੀ ਬਿਜਲੀ ਫ੍ਰੀ ਹੈ ਕਿਸਾਨਾਂ ਨੂੰ ਕੇਜਰੀਵਾਲ ਨੇ ਉੱਥੇ ਕਦੇ ਕੋਈ ਚੀਜ਼ ਫ੍ਰੀ ਨਹੀਂ ਦਿੱਤੀ ਹੈਗੀ ਠੀਕ ਹੈ ਨਾ 300 ਯੂਨਿਟ ਬਿਜਲੀ ਫ੍ਰੀ ਕਰ ਦੇਣੀ ਕੀ ਕੇਜਰੀਵਾਲ ਸਾਡੇ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣਾ ਰਿਸ਼ਵਤ ਦੇ ਕੇ ਵੋਟਾਂ ਮੰਗਣ ਆਇਆ ਸੀ ਮੈਂ ਸਹੀ ਜਾਣਕਾਰੀ ਜ਼ਿਆਦਾ ਰੱਖਦੇ ਹਾਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ 19 19000 ਕਰੋੜ ਰੁਪਏ ਦਾ ਰੈਵਨਿਊ ਹੈਗਾ ਪੰਜਾਬ ਦੇ ਵਿੱਚ ਬਿਜਲੀ ਤੋਂ ਦਿੱਲੀ ਦੇ ਵਿੱਚ 175000 ਕਰੋੜ ਦਾ ਹੈਗਾ ਤਾਂ ਉਹ ਕਹਿੰਦੇ ਵੀ ਅਸੀਂ ਛੋਟੀ ਜਿਹੀ ਦਿੱਲੀ ਤੋਂ ਇੰਨਾ ਰੈਵਨਿਊ ਇਕੱਠਾ ਕਰ ਲੈਂਦੇ ਆ ਨਹੀਂ ਨਹੀਂ ਤੁਸੀਂ ਪੰਜਾਬ ਨਹੀਂ 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 ਦੇਖੋ ਹਰ ਇੱਕ ਸਟੇਟ ਦਾ ਇੱਕ ਵੱਖਰਾ ਸਿਸਟਮ ਹੈ ਦਿੱਲੀ ਨੂੰ ਤੁਸੀਂ ਕਿਸੇ ਹੋਰ ਕੰਪੈਰੀਜ਼ਨ ਨਹੀਂ ਕਰ ਸਕਦੇ ਦਿੱਲੀ ਤਾਂ ਹਿੰਦੁਸਤਾਨ ਦੀ ਕੈਪੀਟਲ ਹੈ ਸਾਰਾ سرمਾਇਆ ਉੱਥੇ ਬੈਠਾ ਹੈ ਕਾਰਪੋਰੇਟ ਨੂੰ ਸੇਲ ਕਰਦੇ ਆ ਠੀਕ ਹੈ ਨਾ ਸਾਰਾ سرمਾਇਆ ਸਾਰਾ سرمਾਇਆ ਉੱਥੇ ਬੈਠਾ ਹੈ ਮੇਰੀ ਡਿਬੇਟ ਕਰਾਓ ਕਿਸੇ ਵੀ ਦਿੱਲੀ ਦੇ ਚਾਹੇ ਕੇਜਰੀਵਾਲ ਨਾਲ ਕਰਾ ਦਿਓ ਮੈਨੂੰ ਦੱਸਣ ਬਿਜਲੀ ਬਿਜਲੀ ਦਾ ਕੀ ਹਾਲਤ ਹੈ ਇਹ ਗੱਲਾਂ ਕਰਨੀਆਂ ਸੌਕੀਆਂ ਹੁੰਦੀਆਂ ਨੇ ਮੈਂ ਤਾਂ ਤੁਹਾਨੂੰ ਦੱਸਦਾ ਕਿ ਤੁਸੀਂ ਦੇਖੋ ਨਾ ਆਪਾਂ ਮੋਟਾ-ਮੋਟਾ ਹਿਸਾਬ ਕਿਤਾਬ ਲਾ ਲਓ 10668 ਕਰੋੜ ਰੁਪਏ ਦੀ ਅਸੀਂ ਕੱਲੀ-ਕੱਲੀ ਬਿਜਲੀ ਫਰੀ ਦਿੰਨੇ ਆ ਮੇਰਾ ਖਿਆਲ ਹੈ 4.5 ਹਜ਼ਾਰ ਕਰੋੜ ਦੀ ਅਸੀਂ ਸਬਸਿਡੀ ਬਾਕੀ ਕਿਸਾਨ ਪੀੜਾ ਨੂੰ ਦਿੰਨੇ ਆ ਤੇ ਇਸ ਵਾਰੀ ਤਕਰੀਬਨ 4801 ਤੇ 1712 ਕਰੋੜ ਰੁਪਏ ਇੱਕ ਤਕਰੀਬਨ 6500 ਕਰੋੜ ਰੁਪਏ ਇੱਕ ਆਪਾਂ ਕਰਜ਼ਾ ਮਾਫੀ ਕੀਤੀ ਹੈ 590 ਕਰੋੜ ਰੁਪਏ ਆਪਾਂ ਜਿਹੜਾ ਹੁਣ ਕੈਪਟਨ ਸਾਹਿਬ ਨੇ ਅਨਾਉਂਸ ਕੀਤਾ ਕਿ ਕਿ ਜਿਹੜੇ ਸਾਡੇ ਲੈਂਡਲੈਸ ਨੇ ਜਿਨ੍ਹਾਂ ਦੇ ਸਾਡੇ ਭਰਾਵਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਮਜ਼ਦੂਰਾਂ ਦਾ ਕਰਜ਼ਾ ਹੈ ਉਹ 590 ਕਰੋੜ ਰੁਪਇਆ ਮਾਫ ਕੀਤਾ ਹੈ 526 ਕਰੋੜ ਰੁਪਇਆ ਦਲਤਵੀਰਾਂ ਦਾ ਮਾਫ ਕੀਤਾ 51000 ਰੁਪਇਆ ਸ਼ਗਨ ਸਕੀਮ ਆਪਾਂ ਅਨਾਉਂਸ ਕੀਤੀ ਹੈ ਤੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ 1500 ਰੁਪਇਆ ਆਪਾਂ ਕਰ ਦਿੱਤੀ ਹੈ ਪੈਨਸ਼ਨ ਕਰ ਦਿੱਤੀ ਹੈ ਤੇ ਮੋਬਾਈਲ ਫੋਨ ਅਸੀਂ ਵੰਡੇ ਨੇ ਠੀਕ ਹੈ ਸੋ ਮੇਰਾ ਕਹਿਣ ਤੋਂ ਇਹ ਪਰਪਸ ਕਿ ਕੀ ਦਿੱਲੀ ਸਰਕਾਰੇ ਕਰਦੀ ਹੈ ਵੇਰਸ ਦਿੱਲੀ ਮਾਡਲ ਇੱਕ ਦਿੱਲੀ ਮਾਡਲ ਮੈਂ ਇੱਕ ਸਵਾਲ ਕਰਨਾ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਇਹਦੀ ਕੇਜਰੀਵਾਲ ਸਾਹਿਬ ਦੀ ਇੱਕ ਜਾ ਪਿੱਛੇ ਜੇ ਇੰਟਰਵਿਊ ਮੈਂ ਸੁਣੀ ਉਹ ਕਹਿੰਦੇ ਮੈਂ ਦਿੱਲੀ ਦੀਆਂ ਨਾ ਗਲੀਆਂ ਵਿੱਚ ਜਾ ਕੇ ਤਾਰਾ ਠੀਕ ਕਰਵਾਉਂਦਾ ਸੀ ਥੰਬਿਆ ਤੇ ਚੜ ਜਾਂਦੇ ਸੀ ਮੈਂ ਮੈਂ ਦੱਸਦਾ ਨਾ ਉਹ ਤਾਂ ਡਰਾਮੇਬਾਜੀ ਸੀ ਨਾ ਕਿ ਐਜੂਕੇਸ਼ਨ ਸਿਸਟਮ ਹੈ ਵਧੀਆ ਕਰਤਾ ਦੇਖੋ ਇਹਨਾਂ ਦੇ ਲੀਡਰ ਨੇ ਜਿਹੜੇ ਉਹ ਟੀਵੀ ਤੇ ਆ ਕੇ ਕਦੇ ਨਹੀਂ ਕਹਿੰਦੇ ਕਿ ਕੈਪਟਨ ਮਨਿੰਦਰ ਸਿੰਘ ਨੇ ਕੋਈ ਚੰਗਾ ਕੰਮ ਮੈਂ ਇਹ ਵੀ ਕਹਿਣਾ ਆ ਔਨ ਰਿਕਾਰਡ ਕਹਿਣਾ ਕਿ ਕੇਜਰੀਵਾਲ ਸਾਹਿਬ ਨੇ ਕਾਫੀ ਉੱਥੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇੱਕ ਸਵਾਲ ਹੈ ਬਹੁਤ ਵੱਡਾ ਕੀ ਕੇਜਰੀਵਾਲ ਸਾਹਿਬ ਦੇ ਆਉਣ ਤੋਂ ਪਹਿਲਾਂ ਦਿੱਲੀ 'ਚ ਲਾਈਟ ਨਹੀਂ ਸੀ ਕੀ ਕੇਜਰੀਵਾਲ ਸਾਹਿਬ ਦੇ ਆਉਣ ਤੋਂ ਪਹਿਲਾਂ ਦਿੱਲੀ ਦੇ ਬੱਚੇ ਸਾਡੇ ਪੜ੍ਹਦੇ ਨਹੀਂ ਸੀ ਸਾਰੇ ਅਨਪੜ੍ਹੇ ਸੀ 15 ਸਾਲ ਸ਼ੀਲਾ ਦਿਖਜੇ ਦੀ ਉੱਤੇ ਚੀਫ ਮਿਨਿਸਟਰ ਰਹੇ ਤੁਸੀਂ ਦੇਖੋ ਤਾਂ ਸੀ ਦਿੱਲੀ ਦਾ ਨਕਸ਼ਾ ਕਿਦਾਂ ਬਦਲਿਆ ਮੈਂ ਨਹੀਂ ਕਹਿੰਦਾ ਕਿ ਕੇਜਰੀਵਾਲ ਨੇ ਬਿਲਕੁਲ ਹੀ ਕੋਈ ਕੰਮ ਨਹੀਂ ਚੱਜਦਾ ਕੀਤਾ ਕੀਤਾ ਤੁਸੀਂ ਦੇਖੋ ਮੈਂ ਤੁਹਾਨੂੰ ਦੋ ਐਗਜ਼ਾਮਪਲ ਆਂ ਦਿੰਦਾ ਕਿੰਨੀ ਐਡ ਕਰਦੇ ਆ ਕੇਜਰੀਵਾਲ ਸਾਹਿਬ ਇਹ ਆਮ ਆਦਮੀ ਪਾਰਟੀ ਹੈ 8 ਕਰੋੜ ਤੋਂ 9 ਕਰੋੜ ਰੁਪਏ ਇਹਨਾਂ ਦੇ ਬੰਗਲੋ ਦੇ ਰੈਨੋਵੇਸ਼ਨ ਤੇ ਲੱਗ ਰਹੇ ਇਹ ਆਮ ਆਦਮੀ ਪਾਰਟੀ ਦਾ ਕਹਿੰਦੇ ਸੀ ਆਮ ਇੱਕ ਸਾਗਰ ਪਲੇਸ ਹੈ ਉਥੇ ਇਹਨਾਂ ਨੇ ਉਹ ਰੰਬਲਜ਼ ਬਣਾਏ ਸਪੀਡ ਬ੍ਰੇਕਰਸ ਉਹ ਤਾਂ ਮੇਰੇ ਖਿਆਲ ਸ਼ਾਇਦ 15 ਕਹ ਹਜ਼ਾਰ ਦੇ ਲਈ 1 ਕਰੋੜ ਰੁਪਏ ਦੀ ਐਡ ਤੇ ਲਾਇਆ ਹੋਇਆ ਰੰਬਲਜ਼ ਦੀਆਂ ਫੋਟੋਆਂ ਲਾ ਕੇ ਵੱਡੀਆਂ-ਵੱਡੀਆਂ ਫਲੈਕਸਾਂ ਕੇਜਰੀਵਾਲ ਸਾਹਿਬ ਦੀ ਫੋਟੋ ਲਾਈ ਹੈ ਇਹ ਆਮ ਆਦਮੀ ਪਾਰਟੀ ਹੈ ਇਹ ਜਿਹੜਾ ਪੈਸਾ ਐਡ ਤੇ ਖਰਚ ਰਹੇ ਨੇ ਕੇਜਰੀਵਾਲ ਸਾਹਿਬ ਮੈਨੂੰ ਦੱਸੋ ਕਿੱਥੋਂ ਆਉਂਦਾ ਇਹ ਵੀ ਤਾਂ ਸਾਡੀ ਪਬਲਿਕ ਮਨੀ ਹੈ ਇਹ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਆਉਂਦੀਆਂ ਨੇ ਮੈਂ ਚੌਥੀ ਵਾਰੀ ਰਿਪੀਟ ਕਰ ਰਿਹਾ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਕੇਜਰੀਵਾਲ ਸਾਹਿਬ ਨੇ ਕੋਈ ਸੁਧਾਰ ਨਹੀਂ ਕੀਤਾ ਲੇਕਿਨ ਉਹਨਾਂ ਨੂੰ ਬਣਿਆ-ਬਣਾਇਆ ਸ ਆ ਤੁਸੀਂ ਦੇਖਿਆ ਹੋਣਾ ਮਹੀਨਾ ਡੇਢ ਮਹੀਨਾ ਪਹਿਲੇ ਕੈਡ ਆਉਂਦੀ ਸੀ ਲਗਾਤਾਰ ਚੱਲ ਰਹੀ ਹੈ ਪੂਰੇ ਹਿੰਦੁਸਤਾਨ ਚ ਸਾਰੇ ਚੈਨਲਾਂ ਤੇ ਇੱਕ ਸਕੂਲ ਦਿਖਾਇਆ ਜਾਂਦਾ ਸੀ ਤੇ ਕੇਜਰੀਵਾਲ ਸਾਹਿਬ ਕੋਵਿਡ ਤੇ ਬੋਲਦੇ ਸੀ ਉਹ ਬੰਦ ਕਿਉਂ ਕਰਤੀ ਕਿਉਂਕਿ ਪੰਜਾਬ ਐਜੂਕੇਸ਼ਨ ਵਿੱਚ ਨੰਬਰ 1 ਆ ਗਿਆ ਉਹਦਾਂ ਦੀ ਉਹ ਐਡ ਨਹੀਂ ਚੱਲ ਰਹੀ ਹੁਣ ਮੈਂ ਤਾਂ ਕਿਤੇ ਐਡ ਦੇਖੀ ਨਹੀਂ ਕਿਉਂਕਿ ਤਾਂ ਕੈਪਟਨ ਸਾਹਿਬ ਵੀ ਬਹੁਤ ਨਹੀਂ ਮੈਂ ਕਹਿੰਨਾ ਕਰਦੇ ਆ ਪਰ ਤੁਸੀਂ ਕਲੇਮ ਨਾ ਨਾ ਕਰੋ ਮੋਦੀ ਸਾਹਿਬ ਦੀ ਤੁਸੀਂ ਦੇਖੋ ਐਡ ਦਾ ਕਿੰਨਾ ਬਜਟ ਹੈ ਮੋਦੀ ਸਾਹਿਬ ਦੇ ਬਾਕੀ ਮੈਂਬਰਾਂ ਦੀ ਐਡ ਦਾ ਕਿੰਨਾ ਬਜਟ ਹੈ ਪਰ ਤੁਸੀਂ ਕਲੇਮ ਨਾ ਨਾ ਕਰੋ ਜਿਹੜੀਆਂ ਚੀਜ਼ਾਂ ਕਰਨੀਆਂ ਲੋਕਾਂ ਵਿੱਚ ਟਰਾਂਸਪੇ ਚਲੋ ਦੁਬਾਰਾ ਫੇਰ ਆਪਾਂ ਤੁਹਾਡੀ ਪਾਰਟੀ ਦੀ ਗੱਲ ਕਰਦੇ ਹਾਂ ਅਗਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਹਲੇ ਤੱਕਰ ਗੈਰ ਅਸਮੀ ਪ੍ਰਧਾਨ ਨੇ ਚਰਚਿਤ ਪ੍ਰਧਾਨ ਨੇ ਲੇਕਿਨ ਹਲੇ ਤੱਕਰ ਰਸਮੀ ਪ੍ਰਧਾਨ ਨਹੀਂ ਹੈਗੇ ਪ੍ਰਧਾਨ ਬਣਨ ਦੇ ਤਾਂ ਮੰਨਦੇ ਹੋ ਤੁਸੀਂ ਪ੍ਰਧਾਨ ਉਹਨਾਂ ਨੂੰ ਜਿਆ ਤੰਨੀ ਲੱਗਦਾ ਬਾਕੀ ਕੁਛ ਲੀਡਰਾਂ ਦੀ ਤਰ੍ਹਾਂ ਵੀ ਉਹ ਬਾਦ ਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਸਦਾਰ ਨਵਜੋਤ ਸਿੰਘ ਸਿੱਧੂ ਵੀ ਸਾਡੇ ਵੱਡੇ ਕੱਦ ਦੇ ਨੇਤਾ ਨੇ ਜੇ ਉਹ ਪਾਰਟੀ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਂਦਾ ਹੈ ਇਹਦੇ ਨਾਲ ਪਾਰਟੀ ਕਮਜ਼ੋਰ ਨਹੀਂ ਹੋਏਗੀ ਪਾਰਟੀ ਨੂੰ ਸਟਰੈਂਥ ਮਿਲੇਗੀ ਆਉਣ ਵਾਲੀਆਂ ਬਾਈ ਦੀਆਂ ਇਲੈਕਸ਼ਨਾਂ ਪਰ ਇਸ ਤੋਂ ਪਹਿਲਾਂ ਮੈਂ ਪਹਿਲਾਂ ਇੱਕ ਰਾਈਡਰ ਲਾਇਆ ਸੀ ਕਿ ਸਾਡੀ ਹਾਈ ਕਮਾਂਡ ਨੂੰ ਚਾਹੀਦਾ ਦੋਨਾਂ ਦੀਆਂ ਜੱਫੀਆਂ ਪਾਉਣ ਦੋਨਾਂ ਦੇ ਜਿਹੜੇ ਮਨ ਮੋਟਾਵ ਨੇ ਉਹਨਾਂ ਨੂੰ ਦੂਰ ਕਰਨ ਹੂੰ ਹੂੰ ਇਹ ਹੋਣਾ ਚਾਹੀਦਾ ਇਸ ਤੋਂ ਅੱਗੇ ਗੱਲ ਕਰੀਏ ਕੱਲ ਸੁਨੀਲ ਜਾਖੜ ਨਾਲ ਜੋ ਨਵਜੋਤ ਸਿੰਘ ਸਿੱਧੂ ਦੀ ਪਿਕਚਰ ਆਈ ਹੈ ਕਿੰਨੇ ਕਿੰਨੇ ਨਵਜੋਤ ਸਿੰਘ ਸਿੱਧੂ ਨੂੰ ਮੰਨ ਲੈ ਕੇ ਪ੍ਰਧਾਨ ਬਣ ਗਏ ਹੁਣ ਜਾਖੜ ਸਾਹਿਬ ਨੇ ਵੀ ਉਹਨਾਂ ਦੀਆਂ ਗੱਲਾਂ ਤੋਂ ਜੈਸਟਰਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਉਹਨਾਂ ਨੂੰ ਪ੍ਰਧਾਨ ਮੰਨ ਚੁੱਕੇ ਆ ਲੇਕਿਨ ਕੈਪਟਨ ਸਾਹਿਬ ਖਾਲੇ ਵੀ ਪ੍ਰਧਾਨ ਨਹੀਂ ਮੰਨਦੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਲਫ਼ਜ਼ ਤੀਜੀ ਵਾਰੀ ਰਿਪੀਟ ਕਰਨ ਲੱਗਿਆ ਕਿ ਅਸੀਂ ਜੋ ਲੋਕ ਸਾਡੀ ਮੇਰੀ ਆਪਣੀ ਸੋਚ ਹੈ ਕਿ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੰਫੀਡੈਂਸ ਲੈਣਾ ਚਾਹੀਦਾ ਹੈ ਕਿਉਂ ਪੰਜਾਬ ਦੇ ਦੂਜੀ ਵਾਰੀ ਮੁੱਖ ਮੰਤਰੀ ਬਣਨੇ ਨੇ ਕਾਂਗਰਸ ਦੀ ਆਨ ਬਾਨ ਤੇ ਸ਼ਾਨ ਨੇ ਉਹ ਲੈਣਾ ਚਾਹੀਦਾ ਹੈ ਇਹਨਾਂ ਦੋਨਾਂ ਸਾਡੇ ਲੀਡਰ ਸਾਹਿਬਾਨਾਂ ਦੇ ਜਿਹੜੇ ਮਨਮਟਾਵ ਨੇ ਉਹਨਾਂ ਨੂੰ ਪਹਿਲਾਂ ਦੂਰ ਕਰਕੇ ਫਿਰ ਕੋਈ ਹੋਰ ਕਦਮ ਚੱਕਣਾ ਚਾਹੀਦਾ ਹੈ ਸਾਹਿਬ ਦਿੱਲੀ ਚ ਇੰਨੀਆਂ ਮੀਟੀਆਂ ਹੋ ਗਈਆਂ ਕੈਪਟਨ ਅਮਰਿੰਦਰ ਸਿੰਘ ਵੀ ਗਏ ਸੀ ਨਵਜੋਤ ਸਿੱਧੂ ਵੀ ਗਏ ਸੀ ਸਾਰੇ ਲੀਡਰ ਗਏ ਸੀ ਹਾਈ ਕਮਾਂਡਾ ਕਿੰਨੀਆਂ ਮੀਟੀਆਂ ਹੋ ਗਈਆਂ ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗਾਂ ਹੋ ਗਈਆਂ ਕਿਵੇਂ ਲਿਆ ਜਾਊਗਾ ਫਿਰ ਕੰਫੀਡੈਂਸ ਆਉਣਗੇ ਕਿਵੇਂ ਸਮਝਾਤਾ ਹੋਊਗਾ ਕਿਵੇਂ ਕੈਪਟਨ ਸਾਹਿਬ ਤਾਂ ਜਿੱਦ ਕਰਕੇ ਬੈਠੇ ਕਿ ਮੈਂ ਮੰਨਣਾ ਹੀ ਨਹੀਂ ਕੈਪਟਨ ਸਾਹਿਬ ਨੇ ਤਾਂ ਜਦੋਂ ਪੱਠਣ ਨੂੰ ਡਿਪਟੀ ਸੀ ਬਣਾਇਆ ਸੀ ਉਹਨਾਂ ਨੇ ਆਨ ਰਿਕਾਰਡ ਕਿਹਾ ਸੀ ਕਿ ਸਿਰਫ ਨੇਮ ਪਲੇਟ ਚੇਂਜ ਹੋ ਗਈ ਹੋਰ ਕੁਝ ਚੇਂਜ ਨਹੀਂ ਹੋਣਾ ਜਾਂ ਪ੍ਰਤਾਪ ਬਾਜਵਾ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਸੀ ਉਦੋਂ ਕਹਿੰਦੇ ਸੀ ਪ੍ਰਤਾਪ ਬਾਜਵਾ ਕੌਣ ਹੈਗੇ ਮੈਂ ਨਹੀਂ ਪ੍ਰਧਾਨ ਮੰਨਦਾ ਉਸ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਬਣਾ ਦੇਖੋ ਇਸ ਤਰ੍ਹਾਂ ਜਾਂ ਤਾਂ ਫਿਰ ਹਾਈ ਕਮਾਂਡ ਡਿਸੀਜਨ ਲਵੇ ਉਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਮੇਰੀ ਕਿੰਨਾ ਚੰਗਾ ਹੋਵੇ ਜੇ ਦੋਨਾਂ ਲੀਡਰ ਸਹਿਬਾਂ ਨੂੰ ਬਿਠਾ ਕੇ ਇਹਨਾਂ ਦਾ ਮਨਮੁਟਾਬ ਦੂਰ ਕੀਤਾ ਜਾਵੇ ਫਿਰ ਆ ਲੋਕ ਖੁਸ਼ ਹੋਣਗੇ ਲੋਕ ਐਪਰੀਸ਼ੀਏਟ ਕਰਨਗੇ ਠੀਕ ਹੈ ਲੋਕ ਤਾਂ ਚਾਹੁੰਦੇ ਆ ਲੋਕ ਅੱਜ ਵੀ ਡੇਟ ਵਿੱਚ ਮੈਂ ਤੁਹਾਨੂੰ ਗਰੰਟੀ ਦਿੰਦਾ ਲੋਕ ਕਾਂਗਰਸ ਨੂੰ ਚਾਹੁੰਦੇ ਆ ਪਿਛਲੇ 4.5 ਸਾਲ ਦਾ ਸਮਾਂ ਜਾਂ 2007 ਦੇ ਸਮੇਂ ਦੇ ਵਿੱਚ ਲੋਗਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਮੋਹਰ ਲਾਈ ਹੈ ਅੱਜ ਵੀ ਲੋਕ ਚਾਹੁੰਦੇ ਨੇ ਕਈ ਵਾਰੀ ਪਰਸਥਿਤੀਆਂ ਬਦਲਦੀਆਂ ਨੇ ਉਹ ਪਰਸਥਿਤੀਆਂ ਨੂੰ ਸਾਡੀ ਹਾਈ ਕਮਾਂਡ ਨੂੰ ਮੂਹਰੇ ਰੱਖ ਕੇ ਡਿਸੀਜਨ ਲੈਣੇ ਚਾਹੀਦੇ ਆ ਸਤਿ ਸ੍ਰੀ ਅਕਾਲ ਬਾਤ ਕਰਾਂ। ਥੈਂਕ ਯੂ ਥੈਂਕ ਯੂ। ਤਾਂ ਇਹਨੇ ਕੁਲਦੀਪ ਵੈਦ ਸਿੱਧੇ ਤੌਰ ਤੇ ਇੱਕ ਸੁਝਾਅ ਹਾਈ ਕਮਾਂਡ ਨੂੰ ਦੇ ਰਿਹਾ ਕਿ ਦੋਨਾਂ ਨੂੰ ਇਕੱਠੇ ਬਿਠਾ ਕੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਕੱਠੇ ਬਿਠਾ ਕੇ ਫੈਸਲਾ ਕਰਾਉਣਾ ਚਾਹੀਦਾ ਹੈ। ਦੋਨਾਂ ਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਮਨਮਤਵ ਦੂਰ ਕਰਕੇ ਜਿਹੜਾ ਫੈਸਲਾ ਜਲਦ ਤੋਂ ਜਲਦ ਲੈਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਹੀ ਕਾਂਗਰਸ ਦੀ ਜਿਹੜੀ ਭਲਾਈ ਹੋਏਗੀ ਕਾਂਗਰਸ ਨੂੰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਫਾਇਦਾ ਹੋਏਗਾ। ਕੈਮਰਾਮੈਨ ਦੀਪਕ ਦਿਨਾਲ ਰਵਿੰਦਰ ਸਿੰਘ ਡੈਨਿਕ ਸੂਰ TV ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਾਂ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਬਾਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ